ਉਹ ਗੱਡੀ ਦੀ ਰੈਜੋ ਕਰਨੀ ਸੀ, ਨਾਲੇ ਟਾਇਰ ਜੇ ਪਾਉਣੇ ਸੀਗੇ। ਮੈਂ ਕਿਹਾ ਵੀ ਜੇ ਤੂੰ $200 ਦੇ ਦੇਣੇ ਤਾਂ ਨੈਕਸਟ ਵੀਕ ਤੋਂ ਪੇ ਆਊ ਤਾਂ ਮੈਂ ਮੋੜ ਦੂੰਗਾ। ਅਤੇ ਨਾਲੇ ਵੈਕਿਊਮ ਜੀ ਕਰਾਉਣੀ ਕਾਫੀ ਗੰਦੀ ਜਿਹੀ ਹੋਈ ਪਈ ਆ। ਮੈਂ ਕੁਛ ਕਿਹਾ ਸੁਣਿਆ? ਕੀ ਕਿਹਾ ਪਤਾ ਮੈਨੂੰ, ਰੈਜੋ ਕਰਾਉਣੀ ਆ, ਵੈਕਿਊਮ ਕਰਾਉਣਾ, ਪੈਸੇ ਚਾਹੀਦੇ ਨੇ, 200 ਦੇ ਦੇ ਮੋੜ ਦੂੰਗਾ, ਸਭ ਸੁਣਦਾ ਮੈਨੂੰ। ਮੈਨੂੰ ਕੋਈ ਕੰਮ ਕਰਨ ਦੇਣਾ ਕਿ ਨਹੀਂ? ਮੈਂ ਆਲਰੇਡੀ ਲੇਟ ਹੋ ਰਹੀ ਹਾਂ, ਜਾਣਾ ਹੈ ਮੈਨੇ ਕੰਮ 'ਤੇ। ਫੋਨ 'ਤੇ ਵੀ ਗੱਲ ਕਰ ਸਕਦੇ ਹੋ ਨਾ ਮੇਰੇ ਨਾਲ? ਆਲਰੇਡੀ ਤੁਹਾਨੂੰ ਪਤਾ ਕਿ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਹੈ, ਤਾਂ ਮੈਨੂੰ